ਲੋ ਵੀ ਮੁੰਡੇ ਆਪਾਂ ਲੈ ਕੇ ਆ ਗਿਆ ਨਵਾਂ ਵਲੌਗ ਅੱਜ ਆਏ ਆਪਾਂ ਬਿੱਲੇ ਯਾਰ ਦੇ ਪਿੰਡ ਨਾਲ ਰੋਮਣ ਲੈਣ ਆਇਆ ਇੱਥੋਂ ਮੈਨੂੰ ਵੇਖ ਲਾ ਕਰ ਗਿਆ ਫੈਟਾਂ ਅਤੇ ਆਪਾਂ ਜਾਣਾ ਕੱਲ੍ਹ ਨੂੰ ਹੁਣ ਪਟਿਆਲੇ ਦੋ ਦਿਨ ਕੰਮ ਕੱਢ ਕੇ ਆਉਣੇ ਹੈਗੇ ਅਤੇ ਤੁਹਾਨੂੰ ਉੱਥੋਂ ਦਾ ਦਿਖਾਉਣੇ ਆ ਵਿਊ ਅਤੇ ਮਿਲਦੇ ਆਪਾਂ ਘਰ ਜਾ ਕੇ ਹਜੇ ਬਿੱਲੇ ਨੂੰ ਤਾਂ ਪਾਉਣਾ ਵੀ ਆ ਅਤੇ ਆਹ ਲਾ ਦੇ ਆਲੂ ਚੱਲ ਬਣੇ ਰਹੋ ਵਲੌਗ ਦੇ ਨਾਲ ਆਪਾਂ ਮਿਲਦੇ ਹਾਂ ਆਹ ਦੇਖ ਲਓ ਵੀ ਪਾਉਣਾ ਕਿਹੜੇ ਕੰਮ ਚ ਵੀ ਸਹੀ ਆ ਮੁੰਡੇ ਅੱਜ ਆਪਾਂ ਜੀ ਸੀਗੇ ਬਠਿੰਡੇ ਨਾਲ ਯਾਰ ਰੋਗਣ ਅੱਜ ਆਪਾਂ ਸੀਨ ਪੂਰੇ ਨਹੀਂ ਹੋਏ ਤਾਂ ਚੱਲ ਕੇ ਬਲੌਗ 'ਚ ਐਡਜਸਟ ਹੀ ਕਰਾਂਗੇ ਕਿਉਂਕਿ ਬਾਹਲੇ ਲਏ ਜਾਂਗੇ ਨਾਲ ਸੀਗਾ ਪੋਪੜ ਅਤੇ ਪਿੰਡ ਨੂੰ ਜਾਂਦੇ ਹੈਗੇ ਮੁੰਡੇ ਅੱਜ ਆਪਾਂ ਚੱਲੇ ਹਾਂ ਰੋਡ ਯਾਰ ਨਾਲ ਪਟਿਆਲੇ ਯੂਨੀਵਰਸਿਟੀ ਚੱਲੇ ਹੈਗੇ ਥੋੜ੍ਹਾ ਜਿਹਾ ਕੰਮ ਆ ਅਤੇ ਇੱਕ ਦੋ ਕੰਮ ਮੈਨੂੰ ਆ ਅਤੇ ਆਪਾਂ ਚੱਲਦੇ ਹੈਗੇ ਅੱਜ ਚੱਲੇ ਹਾਂ ਆਪਾਂ ਟ੍ਰੇਨ 'ਤੇ ਆ ਆਪਾਂ ਪੱਕੇ ਛੱਡ ਗਿਆ ਪਤਾ ਨਹੀਂ ਕਿਹੜਾ ਫਰੈਸ਼ ਆ ਅਤੇ ਆਪਾਂ ਚੱਲ ਕੇ ਦਿਖਾਉਣੇ ਹੈਗੇ ਤੁਹਾਨੂੰ ਉੱਥੇ ਪਟਿਆਲੇ ਯੂਨੀਵਰਸਿਟੀ ਦਾ ਵਿਊ ਜੇ ਕੋਈ ਰਾਹ 'ਚ ਹੋਈ ਐਕਟੀਵਿਟੀ ਵੀ ਦਿਖਾਉਣੇ ਆ ਤੁਹਾਨੂੰ ਬਣੇ ਰਹੋ ਵਲੌਗ ਦਾ ਹਾਂ ਕਹਿਣਾ ਚਾਹੁੰਦਾ ਕੁਛ ਚਾਰ ਵਜੇ ਪਏ ਕਹਿੰਦਾ ਕੀ ਆ ਭੈਣ ਦਾ ਤੜਕੇ ਤੜਕੇ ਦੇ 4 ਵਜੇ ਤੋਰਤੀ ਵੇਖ ਲਓ ਟ੍ਰੇਨ ਆਪਾਂ ਅੱਕਦੀ ਆ ਬਠਿੰਡੇ ਆ ਗਏ ਹਾਂ ਮੁੰਡਿਓ ਆਪਾਂ ਟ੍ਰੇਨ 'ਤੇ ਹੁਣ ਆਪਾਂ ਇੱਥੋਂ ਲੈਂਦੇ ਹਾਂ ਟਿਕਟਾਂ ਪਟਿਆਲੇ ਦੀਆਂ ਫਿਰ ਆਪਾਂ ਇੱਥੋਂ ਸਿੱਧਾ ਪਟਿਆਲੇ ਵੱਜਣਾ ਫਿਰ ਉੱਥੇ ਜਾ ਕੇ ਦੇਖਦੇ ਹਾਂ ਆ ਵੇਖ ਲਓ ਗਲੀ 'ਚ ਟ੍ਰੇਨ ਆ ਅਤੇ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਜਾ ਕੇ ਹਜੇ ਤਾਂ ਚਾਹ ਚੂਹ ਪੀ ਕੇ ਫਿੱਟ ਹੁੰਦੇ ਹਾਂ ਸਰੀਰ ਹੀ ਨਹੀਂ ਬਣੇ ਹਜੇ ਲੈ ਮੁੰਡੇ ਪਟਿਆਲੇ ਪਹੁੰਚ ਗਏ ਆਪਾਂ ਟਾਈਮ ਨਾਲ ਹੀ ਆ ਗਏ ਹਾਂ ਅਤੇ ਆਪਾਂ ਚੱਲਣਾ ਇੱਥੋਂ ਹੁਣ ਯੂਨੀਵਰਸਿਟੀ 'ਚ ਇੱਕ ਦੋ ਬੰਦਿਆਂ ਨੂੰ ਮਿਲਣਾ ਹੈਗਾ ਯਾਰ ਬੇਲੀ ਆਹ ਵੇਖ ਲਓ ਪੂਰਾ ਮਾਹੌਲ ਬਣਿਆ ਪਿਆ ਹੈਗਾ ਹਾਲੇ ਮਾਹੌਲ ਤਾਂ ਪਰ ਯੂਨੀਵਰਸਿਟੀ 'ਚ ਜਾ ਕੇ ਬਣਾਉਣਾ ਆਹ ਮੁੰਡੇ ਦੇ ਕੰਮ ਮੜੇ ਪਏ ਇਹਦੇ ਕੱਢਣੇ ਆ ਕੰਮ ਮੜੇ ਅੱਜ ਪਾਤੇ ਆ ਵੀ ਚਰਨ ਉਧਰ ਨੂੰ ਯੂਨੀਵਰਸਿਟੀ ਵੱਲ ਆ ਵੀ ਰੋਣਾ ਫਿੱਟ ਆ ਫਲਾਰੇ ਤਾਂ ਨਹੀਂ ਮਾਰਦੀ ਗੱਡੀ ਠੀਕ ਆ ਇੱਧਰ ਤਾਂ ਜੰਗਲ ਹੀ ਆ ਬਈ ਉੱਧਰ ਮੈਂ ਗੱਲ ਸੀ ਅਤੇ ਹਜੇ ਤਾਂ ਆਪਾਂ ਨੂੰ ਇਕੱਲਾ ਹੀ ਦਿਸਿਆ ਹੈਗਾ ਹਜੇ ਗਾਂਹ ਤਾਂ ਪਤਾ ਨਹੀਂ ਕੀ ਹਿਸਾਬ ਵਾ ਕੀ ਮਾਹੌਲ ਆ ਜਾ ਕੇ ਹੀ ਵੇਹਣੇ ਆਪਾਂ ਤਾਂ ਪਹਿਲੀ ਵਾਰੀ ਆਏ ਹਾਂ ਤੂੰ ਆਇਆ ਪਹਿਲਾਂ ਹੋਏ ਹੈਂ ਨਹੀਂ ਆਇਆ ਇਹ ਵੀ ਨਹੀਂ ਆਇਆ ਮੇਰੇ ਵਰਗੇ ਇਹ ਆ ਜਾ ਕੇ ਅੱਗੇ ਦਿਖਾਉਣੇ ਆ ਕੀ ਬਣਦਾ ਹੈਗਾ ਕੀ ਹਿਸਾਬ ਕਿਤਾਬ ਇਹਦਾ ਜੰਗਲ ਹੀ ਆ ਭੈਣ ਚਾਰੇ ਪਾਸੇ ਇੱਥੇ ਤਾਂ ਗੰਦ ਪਾਇਆ ਪਿਆ ਇੱਧਰ ਯੂਨੀਵਰਸਿਟੀ 'ਚ ਆਪਾਂ ਹਜੇ ਬਈ ਪੁੱਛ ਪੁੱਛ ਕੇ ਚੱਲੇ ਹੈਗੇ ਹਜੇ ਤਾਂ ਆਪਾਂ ਗਾਂਹ ਪਤਾ ਨਹੀਂ ਕਿੱਥੇ ਹੋਊਗਾ ਫਿਰ ਜਿੱਥੇ ਆਪਣਾ ਕੰਮ ਹਜੇ ਤਾਂ ਜੰਗਲਾਂ 'ਚ ਤੁਰੇ ਫਿਰਦੇ ਹੈਗੇ ਕੰਮ ਹੋ ਗਿਆ ਇੱਥੇ ਡਨ ਅਤੇ ਹੁਣ ਆਪਾਂ ਚੱਲਦੇ ਹਾਂਗੇ ਬਸ ਆਹ ਵੇਖ ਲਓ ਯੂਨੀਵਰਸਿਟੀ ਜੰਗਲ ਹੀ ਆ ਚਾਰੇ ਪਾਸੇ ਭੈਣ ਵਾਹ ਮੜੀ ਇੰਨੀ ਹੋਰ ਤਾਂ ਕੁਛ ਨਹੀਂ ਗਾ ਬਾਕੀ ਸਹੇਲੀਆਂ ਲਈ ਬੈਠੇ ਹੈਗੇ ਹੋਰ ਕੁਛ ਨਹੀਂ ਇੱਥੇ ਬਸ ਅਤੇ ਚੱਲਦੇ ਹਾਂ ਹੁਣ ਕੁਛ ਖਾ ਪੀ ਲਈਏ ਆਪਾਂ ਉੱਧਰ ਨੂੰ ਚੱਲਦੇ ਹਾਂ ਖਾਣ ਪੀਣ ਵਾਲਿਆਂ ਨੇ ਅੱਜ ਫਿਰ ਆਪਾਂ ਫਿਰ ਟ੍ਰੇਨ 'ਤੇ ਚੜ੍ਹ ਕੇ ਪਿੰਡ ਅੱਡ ਜਾਣਾ ਬਸ ਲਿਆਉਣ ਦਾ ਔਡਰ ਆ ਗਿਆ ਆਪਣਾ ਹੈਗਾ ਬਰਗਰ 'ਚ ਚਿਕਨ ਬਰਗਰਾਂ ਦਾ ਆ ਗਿਆ ਮੁੰਡਾ ਪੂਰਾ ਫਿੱਟ ਹੋ ਗਿਆ ਇੱਧਰ ਹੀ ਬੰਦੇ ਫਿੱਟ ਹੋਏ ਬੈਠੇ ਹੈਗੇ ਖਾ ਲਈਏ ਹੁਣ ਅਤੇ ਫਿਰ ਹੀ ਕਰਦੇ ਹਾਂ ਅਗਲਾ ਬਲੌਗ ਸ਼ੁਰੂ ਗਾਂਹ ਨੂੰ ਕਰਦੇ ਹਾਂ ਪਹੁੰਚ ਗਿਆ ਰੇਲਵੇ ਸਟੇਸ਼ਨ 'ਤੇ ਹੁਣ ਆਪਾਂ ਚੱਲਦੇ ਹਾਂ ਵਾਪਸ ਅਤੇ ਅੱਗੇ ਜਾ ਕੇ ਆਪਾਂ ਜਾਂਦੇ ਹਾਂ ਹੁਣ ਅੱਗੇ ਫਿਰੋਜ਼ਪੁਰੋਂ ਆਏ ਸੀਗੇ ਆਪਾਂ ਹੁਣ ਫਿਰੋਜ਼ਪੁਰ ਹੀ ਫਿਰ ਚੱਲਾਂਗੇ ਅਤੇ ਜਾ ਕੇ ਮਿਲਦੇ ਹਾਂ ਉੱਥੇ ਬਿੱਲਾ ਆਊਗਾ ਬਿੱਲੇ ਨੂੰ ਨਾਲੇ ਪਟਿਆਲੇ ਪਟਿਆਲਾ ਤਾਂ ਦਿਖਦਾ ਨਹੀਂ ਦਿਖ ਗਿਆ ਦਿਖ ਗਿਆ ਹਾਂ ਮੁੰਡਿਆ ਫਿੱਟ ਆ ਹਾਂ ਜੀ ਮੁੰਡੇ ਉਹ ਕਰਾ ਲਈਆਂ ਟਿਕਟ ਆਪਾਂ ਫਿਰ ਵਾਪਸੀ ਦੀਆਂ ਅਤੇ ਮੁੰਡਾ ਪੂਰਾ ਖੁਸ਼ ਆ ਕਹਿੰਦਾ ਕੰਮ ਆਪਣਾ ਹੋ ਗਿਆ ਓਕੇ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਵਾਪਸੀ ਆਪਣੀ ਹੁਣ ਇੱਥੋਂ ਬੱਸ ਹਾਂ ਫਿੱਟ ਆ ਰੱਜਿਆ ਪਿਆ ਹੈਗਾ ਉਹ ਟ੍ਰੇਨ 'ਤੇ ਜਾਣਾ ਆਪਾਂ ਜਿਹੜੀ
ਮਾਲ ਲਿਆ ਕੇ ਡੱਬੇ ਜੋੜਨੇ ਆ ਹੋਰ ਚਾਰ ਉਹਨਾਂ ਨੂੰ ਕਹਿਤਾ ਅਸੀਂ ਅੱਖਾਂ ਉਹ 'ਤੇ ਜਾਣਾ ਸੀ ਚਾਰ ਕੁ ਡੱਬੇ ਉਹਦੇ ਨਾਲ ਜੋੜ ਕੇ ਅਤੇ ਵਾਪਾ ਆ ਲੈਣੇ ਨਾਲ ਬੰਦੇ ਅਤੇ ਖਿੱਚਦੇ ਨਾ ਆਪਾਂ ਕੰਮ ਵਲੌਗ ਮੈਨੂੰ ਲੱਗ ਰਿਹਾ ਕੁਛ ਖਾਸ ਨਹੀਂ ਬਣਿਆ ਅੱਜ ਛੋਟਾ ਹੀ ਬਣਿਆ ਹੈਗਾ ਚੱਲ ਵੇਹਣੇ ਵਿੱਚੋਂ ਘਰ ਘੂਰ ਵਾਲੇ ਸੀਨ ਪਾ ਕੇ ਆਪਾਂ ਪੂਰਾ ਕਰ ਦੇਣਾ ਹੈਗਾ ਅਤੇ ਚਲੋ ਠੀਕ ਆ ਫਿਰ ਮੈਂ ਦੇਵਾਂਗੇ ਮੁੰਡੇ ਰਾਤ ਹੋ ਗਿਆ ਸੀਗਾ ਹਨੇਰਾ ਅਤੇ ਹਨੇਰੇ 'ਚ ਆਪਾਂ ਫਿਰ ਉੱਥੋਂ ਲਏ ਹੀ ਨਹੀਂ ਸੀਨ ਸੂਨ ਜੇ ਤੁਹਾਨੂੰ ਪਤਾ ਹਨੇਰੇ 'ਚ ਆਪਾਂ ਵਲੌਗ ਸ਼ੂਟ ਕਰ ਦੇਣੀਗੇ ਅਤੇ ਹੁਣ ਆਪਾਂ ਚੱਲੇ ਹਾਂ ਇਹਨੂੰ ਰੋਵਣ ਫਿਰ ਇੱਥੇ ਹੀ ਰਹਿ ਪਈ ਆਪਣੇ ਪਿੰਡ ਹੀ ਹੁਣ ਆਪਾਂ ਚੱਲਦੇ ਹਾਂ ਰੋਣ ਕੇ ਪਿੰਡ ਬੱਸਾਂ 'ਤੇ ਜਾਂਦੇ ਹਾਂ ਅੱਜ ਵੀ ਅਤੇ ਦਿਖਾਉਣਾ ਤੁਹਾਨੂੰ ਜਾ ਕੇ ਉੱਥੇ ਮਿਲਾਉਣੇ ਹੈਗੇ ਦੂਜੇ ਮੁੰਡਿਆਂ ਨਾਲ ਹਾਂ ਫੈਟ ਆ ਯਾਰ ਮਿੰਟ ਪੰਜ ਰਹਿ ਗਏ ਅਤੇ ਸਾਡੇ ਵੇਖ ਲਓ ਇੱਕ ਕਿਲੋਮੀਟਰ ਵਾਟ ਤੁਰ ਕੇ ਜਾਣਾ ਅਸੀਂ ਬੱਸ ਫੜਨੀ ਹੈ ਪੰਜਾਂ ਮਿੰਟ ਲੰਘ ਵੀ ਸਕਦੀ ਸਾਡੀ ਰੋਣ ਕੇ ਪਿੰਡ ਦੀ ਬੱਸ ਇਹ 'ਤੇ ਜਾਣਾ ਆਪਾਂ ਸੜੀ ਕਿਉਂ ਲੈ ਮੁੰਡੇ ਪਾਉਣੇ ਦੇ ਪਿੰਡ ਆ ਗਏ ਆਪਾਂ ਤੇ ਪਾਉਣੇ ਦੀ ਚੜ੍ਹਾਈ ਆ ਬਾਈ ਰੋਟੀ ਫੜਾਉਣ ਵੀ ਖੇਤ ਦਿਹਾੜੀਆਂ ਨੂੰ ਇਹ ਗੱਡੀ ਤੇ ਜਾਂਦਾ ਕਹਿੰਦਾ ਕੱਢ ਗੱਡੀ ਕਹਿੰਦਾ ਰੋਟੀ ਫੜਾ ਕੇ ਆਉਣੀ ਆ ਇਹਦੀ ਮੰਗ ਤੇ ਬਾਈ ਸਪੈਸ਼ਲ ਲੈ ਮੇਰੀ ਤਾਂ ਕੋਈ ਮੰਗ ਨਹੀਂ ਸੀ ਇਹ ਤਾਂ ਪੂਰਾ ਹੱਥ ਆ ਬਾਈ ਇਹ ਆਪਾਂ ਜਾਣਾ ਹੀ ਗੱਡੀ ਤੇ ਆ ਇਹ ਹੁਣ ਬਈ ਮੋਟਰਸਾਈਕਲ ਤੇ ਜਾਂਦਾ ਹੀ ਨਹੀਂਗਾ ਬਾਈ ਚਲੋ ਜੀ ਇਹ ਫਿਰਦਾ ਹੁਣ ਕਹਿੰਦਾ ਪ੍ਰਮੋਸ਼ਨ ਕਰੂ ਮੇਰੀ ਕਹਿੰਦਾ ਹੁਣ ਚੈਨਲ ਬਣਾ ਰਹੇ ਬਈ ਆਪਾਂ ਵੀ ਆਪਦਾ ਹਾਂ ਕੋਈ ਨਾ ਮੈਂ ਕਿਹਾ ਪ੍ਰਮੋਸ਼ਨ ਦਾ ਫਿਰ ਬਈ ਪੈਸੇ ਲੱਗਣਗੇ 10,000 ਰੁਪਏ ਚ ਮੋਨੋਟਾਈਜ਼ ਕਰਾ ਦਾਂਗੇ ਚੈਨਲ ਫਿਰ ਤੇ ਆਪਾਂ ਚੱਲਦੇ ਹਾਂ ਤੇ ਖੇਤ ਆਹ ਸੜੀਆਂ ਸੜਕਾਂ ਇਹਨਾਂ ਦੇ ਭੈਣ ਜੋ ਉੱਖਲ ਅੱਖਲ ਖਾਨਾ ਨਹੀਂ ਆਪਣੀ ਨਹੀਂ ਬਈ ਰੋਡ ਬਣ ਨਹੀਂ ਰਿਹਾ ਬਹੁਤ ਟਾਈਮ ਦਾੜਿਆ ਆਉਂਦਾ ਰੋਡ ਇਹ ਕਹਿੰਦੇ ਇਹਦੇ 'ਚ ਅਪੀਲ ਕਰਦੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਫਿਰੋਜ਼ਪੁਰ ਤੋਂ ਮੁਕਤਸਰ ਰੋਡ ਬਣਾਇਆ ਜਾਵੇ ਬਹੁਤ ਐਕਸੀਡੈਂਟ ਘਟਨਾਵਾਂ ਹੁੰਦੀਆਂ ਬਈ ਇਹ ਰੋਡ 'ਤੇ ਇਹਨਾਂ ਦੀ ਲੱਸੀ ਡੋਲ ਜਾਂਦੀ ਹੈ ਅਤੇ ਖੇਤ ਗੱਡੀ 'ਤੇ ਰੋਟੀ ਫੜਾਉਣ ਆਉਂਦਾ ਫਿਰ ਉੱਖਲੀਆਂ ਇੰਨੀਆਂ ਨਜਾਇਜ਼ ਮੈਂ ਹੁਣ ਇੱਥੋਂ ਕਿੰਨੀ ਕੁ ਵਾਟ ਆ ਤੇਰਾ ਖੇਤ ਬਸ ਆ ਜਾ ਬਈ ਜਾਵੇ ਠੀਕ ਉਹ ਸਾਹਮਣੇ ਬੰਦੇ ਲੱਗੇ ਬੰਦੇ ਦਿਖਾਉਣੇ ਆ ਤੁਹਾਨੂੰ ਮਿਲਾਉਣੇ ਜਾ ਕੇ ਪਾਲੀ ਖੇਤ ਵਾਲੀ ਪਈ ਪਾਉਣੇ ਦੇ ਵੇਖ ਇੱਧਰ ਫਿਰ ਬੰਦੇ ਲਾਈ ਬੈਠਾ ਖਾਲੇ ਦੇ ਵੇਲਾ ਨਰੇਗਾ ਵਾਲੇ ਲਾ ਕੇ ਰੱਖਦੇ ਆ ਬੰਦੇ ਕਣਕ ਚੈੱਕ ਕਰੋ ਕਹਿੰਦਾ ਇੱਕ ਮਹੀਨਾ ਤੇ 3 ਦਿਨ ਦੀ ਹੋ ਗਈ ਤੇ ਉਹ ਬੰਦੇ ਨਾਲ ਆਪਾਂ ਕਰਾਉਣੇ ਆ ਮੁਲਾਕਾਤ ਬੰਦੇ ਲੱਗੇ ਨੇ ਬੰਦੇ ਲਾਈ ਬੈਠਾ ਪਾਉਣਾ ਰੋਟੀ ਤਾਂ ਨੀ ਖਾਣੀ ਰੋਟੀ ਖਾਣੀ ਹੈ ਭੁੱਖਾ ਹੱਥ ਚੱਕਦੇ ਠੀਕ ਆ ਚੱਲ ਆ ਜਾ ਖਾ ਲਾ ਫਿਰ ਗੱਡੀ 'ਚ ਬਹਿ ਕੇ ਖਾਣੀ ਹੈ ਕਿ ਥੱਲੇ ਖਾਣੀ ਆ ਚੱਲ ਠੀਕ ਆ ਕਿਹੜੀ ਡਾਇਟ ਲੈਣੀ ਆ ਰਾਤ ਫਿਰ ਘਾਟ ਰਹੀ ਹੈ ਫਿਰ ਇਸ ਵੇਲੇ ਫੜਾ ਜਾ ਕਰੋ ਇਹਨਾਂ ਨੂੰ ਇੱਕ ਨਾ ਸੀਸੀ ਸੀਰਾ ਤੂੰ ਤੇਰੀ ਡਿਮਾਂਡ ਨਾਲ ਤੂੰ ਹੋਰ ਵੀ ਇੱਕ ਜੜੀ ਬੂਟੀ ਲੈਣਾ ਉਹ ਨਾ ਦੱਸੀ ਯਾਰ ਹੁੰਦੀ ਆ ਕਹਿੰਦਾ ਠੀਕ ਆ ਕਿਹੜੀ ਕਿਹੜੀ ਆ ਬਿੱਲਾ ਯਾਰ ਤੇ ਪਾਉਣਾ ਬੜਾ ਮਿਹਨਤੀ ਆ ਮੁੰਡੇ ਇਹ ਵੇਖ ਲਾ ਰੇਹ ਲੱਗੇ ਪਏ ਆ ਹਨੇਰੇ ਹਨੇਰੇ ਹੀ ਪਾਉਣ ਆਥਣ ਹੋ ਗਿਆ ਜਮਾਂ ਵੇਖ ਲਓ ਤੇ ਇਹ ਨਹੀਂ ਹਟਦੇ ਹਜੇ ਬਸ ਨਵੇੜ ਕੇ ਲੈ ਪਾਣੀ ਵੀ ਲਾ ਲਾ ਬੜੇ ਐਡਵਾਂਸ ਚੱਲਦੇ ਆ ਇਹ ਆਹ ਦੇਖ ਲਓ ਐਡਾ ਡਰਾਈਵਰ ਐਡਾ ਕਿਹੜੇ ਬਾਦਾ ਤੇ ਟਰੈਕਟਰ ਤੇ ਉਹ ਉੱਥੇ ਲਾਉਣੀ ਅੰਦਰ ਤੇ ਲਈ ਕਿੱਧਰ ਫਿਰਦਾ ਹੈਗਾ ਕੀੜੇ ਭਾਲਾ ਤੈਨੂੰ ਬੰਦਾ ਉਹ ਤੇ ਫਿਰਦਾ ਤੇ ਲੰਬਾ ਵੇਖ ਲੈ ਟਰਾਲੀ
ਚਾਲ 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 ਹੁਣ ਦੇ ਆਂਦਾ ਮੱਟ ਕੇ ਸਹੀ ਮੈਂ ਤੈਨੂੰ ਭਾ ਕਿਹੜੇ ਦਿੱਤਾ ਸੀਰਾ ਨਾ ਮੈਂ ਤੇ ਦੀ ਥੱਲੇ ਲਾਊਗਾ ਹੁਣ ਤਾਂ ਬਈ ਹਾਂਜੀ ਮੁੰਡਿਓ ਆਪਾਂ ਹੁਣ ਕਰਦੇ ਹਾਂ ਵਲੌਗ ਦਾ ਐਂਡ ਅਤੇ ਤੁਸੀਂ ਵੇਖ ਹੀ ਲਿਆ ਵਲੌਗ ਤਾਂ ਸਾਰਾ ਆਪਣਾ ਅਤੇ ਚਲੋ ਫਿਰ ਮਿਲਦੇ ਹਾਂ ਅਗਲੇ ਵਲੌਗ 'ਚ ਅਤੇ ਬਣੇ ਰਹੋ ਫਿਰ ਵਲੌਗ ਦੇ ਨਾਲ ਚਲੋ ਠੀਕ ਅੱਗੇ ਕਰ ਦਿਓ ਸ਼ੇਅਰ ਦੱਬ ਕੇ ਚਲੋ ਬਾਏ।